ਹੁਸ਼ਿਆਰਪੁਰ ਦੇ ਜਲੰਧਰ ਰੋਡ ਤੇ ਸਥਿਤ ਪਿੰਡ ਰਤਾਰਾਗੜ੍ਹ ਦੇ ਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਦੇ ਭੈਣ ਇੰਦਰਜੀਤ ਕੌਰ ਦੇ ਨਾਲ ਹੋਰ ਰਿਸ਼ਤੇਦਾਰਾਂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਰਜਿੰਦਰ ਜਨਵਰੀ 2019 ਵਿੱਚ ਕੁਵੈਤ ਗਿਆ ਸੀ। ਇੱਕ ਦਿਨ ਬੱਸ ਵਿੱਚ ਸਫ਼ਰ ਕਰਦਿਆਂ ਕਿਸੇ ਦਾ ਸਮਾਨ ਉਸ ਕੋਲੋਂ ਬਰਾਮਦ ਹੋਣ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸਦੇ ਸਮਾਨ ਵਿੱਚ ਨਸ਼ੀਲੇ ਪਦਾਰਥ ਸਨ। ਪਹਿਲਾਂ ਤਾਂ ਉਸ ਨੂੰ ਜੇਲ੍ਹ ਹੋਈ, ਪਰ ਹੁਣ ਕੁਵੈਤ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਰਜਿੰਦਰ ਨੂੰ ਕੁਵੈਤ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਕੰਮ 'ਤੇ ਗਿਆ ਹੋਇਆ ਸੀਗਾ, ਜਾਣ ਸਟੋਪ 'ਤੇ ਖੜ੍ਹਾ ਸੀਗਾ, ਕੋਈ ਮੁੰਡਾ ਆਇਆ ਅਤੇ ਉਹ ਇਹਨੂੰ ਬੈਗ ਫੜਾ ਕੇ ਗਿਆ, ਕਹਿੰਦਾ ਕਿ 2 ਮਿੰਟ ਮੇਰਾ ਬੈਗ ਫੜ ਕੇ ਰੱਖੀ ਅਤੇ ਮੈਂ ਆਇਆ। ਜਦੋਂ ਬੈਗ ਫੜਾ ਕੇ ਗਿਆ, ਉਸ ਤੋਂ ਬਾਅਦ ਪੁਲਿਸ ਵਾਲੇ ਆਏ, ਉਹਨਾਂ ਨੇ ਚੈਕਿੰਗ ਕੀਤੀ ਅਤੇ ਉਹਦੇ ਵਿੱਚ ਇਹਦੀ ਇਕੱਲੇ ਦੀ ਕੀਤੀ ਕਿ ਸਾਰਿਆਂ ਦੀ? ਸਾਰੇ ਮੁੰਡਿਆਂ ਦੀ ਕੀਤੀ। ਠੀਕ ਹੈ ਜੀ, ਉਹ ਚੋਂ ਕੀ ਨਿਕਲਿਆ ਇਹ? ਨਸ਼ੀਲੇ ਪਦਾਰਥ ਵਾਲੇ। ਉਹ ਮੁੰਡਾ? ਉਹ ਮੁੜ ਕੇ ਆਇਆ ਨਹੀਂ ਸੀਗਾ, ਉਹ ਬਾਹਰ ਤੇ ਕੰਮ ਤੇ ਗਿਆ ਸੀਗਾ ਜੀ। ਉਹ ਜਿਹੜੇ ਬੱਸ ਸਟੈਂਡ 'ਤੇ ਗਿਆ ਜੀ, ਉੱਥੇ ਚੱਲੇ ਬੱਸ ਚੜ੍ਹਨ ਲਈ ਕੰਮ 'ਤੇ ਜਾਣ ਲਈ, ਤਾਂ ਉੱਥੇ ਮੁੰਡਾ ਕੋਲ ਆਇਆ, ਕੋਈ ਉਹਨੂੰ ਬੈਗ ਫੜਾ ਗਿਆ ਇੱਕ, ਤਾਂ ਉਹ ਕਹਿੰਦਾ ਮੇਰਾ ਬੈਗ ਫੜੀ ਜਿਹੜਾ, ਮੈਂ ਕਹਿੰਦਾ ਆਪਣਾ ਸਮਾਨ ਦੂਜਾ ਲਿਆ। ਉਸ ਤੋਂ ਬਾਅਦ 'ਚ ਉੱਥੇ ਪੁਲਿਸ ਵਾਲੇ ਆ ਗਏ, ਉਹ ਸਮਾਨ ਚੈੱਕ ਕਰਨ ਲੱਗ ਪਏ, ਇਹਦਾ ਵੀ ਕੀਤਾ, ਬਾਕੀ ਹੋਰਨਾਂ ਮੁੰਡਿਆਂ ਦਾ ਵੀ ਕੀਤਾ ਸਾਰਿਆਂ ਦੇ। ਜਿਹੜੇ ਇਹਦਾ ਬੈਗ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਨਸ਼ੀਲਾ ਪਦਾਰਥ ਪਾਇਆ ਗਿਆ ਮਿਲਿਆ ਜੀ, ਤਾਂ ਲੇਕਿਨ ਉਹ ਮੁੰਡਾ ਨੇ ਮੁੜ ਕੇ ਆਇਆ ਜੀ, ਤੋ ਬੱਚੇ ਪੁਲਿਸ ਵਾਲੇ ਫੜ ਕੇ ਲੈ ਗਏ। ਇਹ ਕਦੋਂ ਦਾ ਜੇਲ੍ਹ 'ਚ ਆ? ਇਹ ਜਨਵਰੀ ਦਾ ਹੈ। ਜਨਵਰੀ ਹੈ 2019 ਦਾ? ਹਾਂਜੀ, ਇਸ ਸਾਲ ਦਾ। ਇਸ ਸਾਲ ਦਾ ਜੀ। ਜਨਵਰੀ ਉੱਥੇ ਸਜ਼ਾ ਸੁਣਾਤੀ ਇਹਨੂੰ? ਸਜ਼ਾ ਸੁਣਾਤੀ, ਕਹਿੰਦੇ ਜੇਲ੍ਹ ਹੈ ਇਹਨੂੰ ਉਮਰ ਕਹਿ ਰਿਹਾ ਜੀ, ਤਾਂ ਨਾਲੇ ਫਾਂਸੀ ਹੈ ਕਹਿੰਦੇ। ਹੁਣ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਉਹਨੂੰ ਕਿਸੇ ਵੀ ਤਰ੍ਹਾਂ ਗੌਰਮੈਂਟ ਸਰਕਾਰ, ਪੰਜਾਬ ਸਰਕਾਰ, ਕਿਸੇ ਵੀ ਮੀਡੀਆ ਰਾਹੀਂ ਉਹਨੂੰ ਬਸ ਸਜ਼ਾ ਤੋਂ ਰਹਿਤ ਕੀਤਾ ਜਾਵੇ, ਘਰ ਆਵੇ। ਇੱਕੋ ਇੱਕ ਮਾਂ ਵੀ ਉਹਦਾ ਮਾਂ ਦਾ ਇਹਦਾ ਭੈਣ ਦਾ ਭਰਾ ਆ ਅਤੇ ਵੀ ਇਕੱਲਾ ਆ, ਦੋਨੇ ਬਸ ਉਹਦੀ ਚਿੰਤਾ 'ਚ ਬਿਮਾਰ ਰਹਿੰਦੇ, ਬਹੁਤ ਪਰੇਸ਼ਾਨ ਆ। ਅਤੇ ਹੁਣ ਇਹ ਤਕਰੀਬਨ ਜਨਵਰੀ ਤੋਂ ਲੜਕਾ ਜਿਹੜਾ ਆ ਉਹ ਜੇਲ੍ਹ 'ਚ ਹੀ ਆ, ਅਤੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਇਹ ਗਰੀਬ ਪਰਿਵਾਰ ਆ, ਇਹ ਪੈਰਵਾਈ ਵੀ ਨਹੀਂ ਕਰ ਸਕਦਾ, ਜਿਸ ਤਰ੍ਹਾਂ ਦੀ ਕੋਈ ਲੀਗਲ ਤੌਰ 'ਤੇ ਪੈਰਵਾਈ ਕਰਨੀ ਪਵੇ। ਅਤੇ ਲੜਕੇ ਦੇ ਉੱਧਰੋਂ ਫੋਨ ਆਉਂਦੇ ਆ ਕਿ ਤੁਸੀਂ ਲੀਗਲ ਤੌਰ 'ਤੇ ਕਿਸੇ ਤਾਂ ਕਿਸੇ ਤਰ੍ਹਾਂ ਮੇਰੀ ਪੈਰਵਾਈ ਕਰੋ। ਅਤੇ ਅਸੀਂ ਹੁਣ ਮੀਡੀਆ ਦੇ ਰਾਹੀਂ ਜਿਹੜਾ ਆ ਇਹ ਸਰਕਾਰ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ, ਔਰ ਪੰਜਾਬ ਸਰਕਾਰ ਤੱਕ, ਔਰ ਸੈਂਟਰ ਸਰਕਾਰ, ਔਰ ਵਿਦੇਸ਼ ਮੰਤਰਾਲੇ ਨੂੰ ਖਾਸ ਕਰ, ਕਿ ਇਸ ਲੜਕੇ ਨੂੰ ਛਡਾਉਣ ਵਾਸਤੇ, ਇਸ ਜਿਹੜਾ ਮਾਵਾਂ ਦਾ ਜਾਂ ਭੈਣ ਦਾ ਭਰਾ ਆ, ਪਿਓ ਦਾ ਪੁੱਤਰ ਆ, ਉਹਨਾਂ ਨੂੰ ਇੱਥੇ ਬੁਲਾਉਣ ਵਾਸਤੇ ਇਹਨਾਂ ਨੂੰ ਕਿਸੇ ਤਾਂ ਕਿਸੇ ਤਰ੍ਹਾਂ ਲੀਗਲ ਤੌਰ 'ਤੇ ਮਦਦ ਦਿੱਤੀ ਜਾਵੇ, ਤਾਂ ਜੋ ਜਿਹੜਾ ਇਹ ਲੜਕਾ ਆ ਵਾਪਸ ਆਪਣੇ ਘਰ ਆਵੇ।